ਨਮਸਕਾਰ ਖਬਰਾਂ ਦੇ ਇਸ ਬਲੂਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੁੰਨੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ ਫਾਸਟੈਗ ਦੀ ਵਰਤੋਂ ਨਾਲ ਫਜ਼ੂਲ ਇੰਧਨ ਦੇ ਖਰਚੇ 'ਚ 70000 ਕਰੋੜ ਰੁਪਏ ਦੀ ਬਚਤ ਹੋਈ ਮਿਤਨ ਗੜਗਰੀ ਅਨੁਸਾਰ ਸਰਕਾਰ ਦਾ 2030 ਤੱਕ ਤੋਲ ਮਾਲੀਆ ਵਧਾ ਕੇ 1 ਲੱਖ 30000 ਕਰੋੜ ਕਰੋੜ ਰੁਪਏ ਕਰਨ ਦਾ ਟੀਚਾ पीएसएफ ਦੇ ਮਾਨ ਨਿਰਦੇਸ਼ਕ ਨਿਰਤਨ ਅਗਰਵਾਲੀ ਪੰਜਾਬ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਤੇ ਲੋਕਾਂ ਨਾਲ ਕੀਤੀ ਗੱਲਬਾਤ ਬਰਲਿਨ ਚ ਮੁਕੰਮਲ ਹੋਈਆਂ ਸਪੈਸ਼ਲ 올림픽 ਕੁਮਾਂਤਰੀ ਖੇਡਾਂ ਚ ਅੰਮ੍ਰਿਤਸਰ ਦੇ ਭਗਤਪੂਰਨ ਸਿੰਘ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਰੋਲਰ ਸਕੇਟਿੰਗ ਚ ਚਾਰ ਮੈਡਲ ਜਿੱਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸ਼ਾਮ ਰਾਸ਼ਟਰਪਤੀ ਪਵਨਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਨਾਲ ਅਜੇ ਮੌਕੇ ਮੁਲਾਕਾਤ ਕੀਤੀ ਗਈ ਹੈ ਜਦੋਂ ਉਹ ਸੋਮਵਾਰ ਸਵੇਰੇ ਵਿਦੇਸ਼ ਦੌਰੇ ਨੂੰ ਮੁਕੰਮਲ ਕਰਕੇ ਦੇਸ਼ ਪਰਤੇ ਨੇ ਇਸ ਤੋਂ ਇਲਾਵਾ ਮਨੀਪੁਰ ਚ ਨਸਲੀ ਹਿੰਸਾ ਦੇ ਪਿਛੋਕੜ ਚੋਈ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਵੱਲੋਂ ਉੱਤਰ ਪੂਰਬੀ ਰਾਜ ਦੇ ਹਾਲਾਤ ਨੂੰ ਲੈ ਕੇ ਵਿਦੇਸ਼ ਦੌਰੇ ਤੋਂ ਪਰਤਦਿਆਂ ਹੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਾ ਚੁੱਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਲਿਨ ਸਪੈਸ਼ਲ 올림픽 ਖੇਡਾਂ 76 ਸੋਨ ਤਮਗੀਆਂ ਸਮੇਤ ਕੁੱਲ 202 ਮੈਡਲ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਇੱਕ ਟਵੀਟ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸਾਰੇ ਖਿਡਾਰੀਆਂ ਵੱਲੋਂ ਦਰਸਾਈ ਗਈ ਸਮਾਵੇਸ਼ੀ ਪਾਬੰਨਾ ਅਤੇ ਦ੍ਰਿੜਤਾ ਦੀ ਸ਼ਲਾਘਾ ਕਰਦਾ ਹੈ ਸੜਕਾਂਵਾਂ ਤੇ ਕੌਮੀ ਸ਼ਾਰਾ ਮਾਰਗ ਮੰਤਰੀ ਨਿਤਿਨ ਗੜਗਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਦੇਸ਼ ਵਿੱਚ ਕੌਮੀ ਸ਼ਾ ਮਾਰਗਾਂ ਦੀ ਕੁੱਲ ਲੰਬਾਈ 'ਚ ਤਕਰੀਬਨ 59 ਫੀਸਦੀ ਦਾ ਵਾਧਾ ਹੋਇਆ ਹੈ ਇਸ ਵਿਸਥਾਰ ਦੇ ਨਤੀਜੇ ਵਜੋਂ ਅਮਰੀਕਾ ਤੋਂ ਬਾਅਦ ਹੁਣ ਭਾਰਤ ਕੋਲ ਦੂਜਾ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ ਨਵੀਂ ਦਿੱਲੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਿਤਿਨ ਗੜਗਰੀ ਨੇ ਕਿਹਾ ਕਿ ਕੌਮੀ ਸ਼ਾ ਮਾਰਗਾਂ ਦੀ ਕੁੱਲ ਲੰਬਾਈ ਸਾਲ 2013-14 'ਚ ਤਕਰੀਬਨ 91 1000 ਕਿਲੋਮੀਟਰ ਸੀ ਜਿਹੜੀ ਸਾਲ 2022 23 ਚ ਵੱਧ ਕੇ 145000 ਕਿਲੋਮੀਟਰ ਹੋ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਪਿਛਲੇ 9 ਸਾਲਾਂ ਚਾਰ ਮਾਰਗੀ ਕੌਮੀ ਸ਼ਾ ਮਾਰਗਾਂ ਵਿੱਚ ਦੋ ਗੁਣਾ ਵਾਧਾ ਹੋਇਆ ਹੈ ਕੇਂਦਰੀ ਮੰਤਰੀ ਨੇ ਦੱਸਿਆ ਕਿ ਫਾਸਟੈਗ ਦੀ ਵਰਤੋਂ ਨਾਲ ਫਜ਼ੂਲ ਇੰਦਨ ਦੇ ਖਰਚੇ 'ਚ 70000 ਕਰੋੜ ਰੁਪਏ ਦੀ ਬਚਤ ਹੋਈ ਹੈ ਉਹਨਾਂ ਦੱਸਿਆ ਕਿ ਫਾਸਟੈਗ ਦੀ ਸ਼ੁਰੂਆਤ ਨਾਲ ਟੋਲ ਵਸੂਲੀ 'ਚ ਮਹੱਤਵਪੂਰਨ ਉਛਾਲ ਆਇਆ ਹੈ ਉਹਨਾਂ ਦੱਸਿਆ ਕਿ ਸਾਲ 2013 14 'ਚ ਟੋਲ ਤੋਂ 4770 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ ਜਿਹੜੇ ਸਾਲ ਵੀ सूबाई तेई चू के इकताली करोड़ रुपए हो गए। उन्होंने कहा कि सरकार का टीचा भी तक टोल मालिया वा के एक लख ती हजार करोड़ रुपए है। जो एवरेज था वो 11.6 किलोमीटर रोड कंस्ट्रक्शन का, का था वो अभी 30 किलोमीटर तक कम पहुंचे हैं बीस में हम लोग 37 किलोमीटर तक थे और अभी थोड़ा कम हुए क्योंकि कोविड के समय का थोड़ा इम्पैक्ट इसमें हुआ है BSF ਦੇ ਮਹਾਨ ਨਿਰਦੇਸ਼ਕ ਨਿਤਿਨ ਅਗਰਵਾਲ ਨੇ ਪੰਜਾਬ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਸਰਹੱਦੀ ਖੇਤਰ ਦੇ ਕਿਸਾਨਾਂ ਤੇ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹ ਨੇ ਇਸ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ BSF ਦੇ ਡੀਜੀ ਨੇ ਆਮ ਲੋਕਾਂ ਵੱਲੋਂ ਸਰਹੱਦੀ ਖੇਤਰਾਂ 'ਚ ਦੇਸ਼ ਦੀ ਸੁਰੱਖਿਆ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਖੁਸ਼ੀ ਪ੍ਰਗਟਾਈ ਇਸ ਦੌਰਾਨ ਖੁੱਲੇ ਮਾਹੌਲ 'ਚ ਕਿਸਾਨਾਂ ਤੇ ਆਮ ਲੋਕਾਂ ਨੇ BSF ਦੇ ਮਹਾਨ ਨਿਰਦੇਸ਼ਕ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੌਰਾਨ ਆਮ ਲੋਕਾਂ ਨੇ ਇਸ ਗੱਲ ਤੇ ਵੀ ਖੁਸ਼ੀ ਪ੍ਰਗਟਾਈ ਕਿ BSF ਦੇ ਸਭ ਤੋਂ ਉੱਗੇ ਅਧਿਕਾਰੀਆਂ ਨਾਲ ਨਿੱਜੀ ਤੌਰ ਤੇ رابطہ ਕਾਇਮ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ BSF ਦੇ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਜ਼ਾਰਾ ਸਿੰਘ ਬਾਲਾ ਦੇ ਨੇੜੇ ਪੈਂਦੇ ਖੇਤਰ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦੀ ਬਾੜ ਦੇ ਨੇੜੇ ਕਾਬੂ ਕੀਤਾ ਜਦੋਂ ਕੁਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਸੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜਿਆ ਗਿਆ ਪਾਕਿਸਤਾਨੀ ਨਾਗਰਿਕ ਅਣਜਾਣੇਚ ਭਾਰਤੀ ਖੇਤਰ ਵਿੱਚ ਆ ਗਿਆ ਸੀ ਤੇ ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ BSF ਨੇ ਇਸ ਮਾਮਲੇ ਤੇ ਫੌਰੀ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕਰਕੇ ਵਿਰੋਧ ਦਰਜ ਕਰਾਇਆ ਤੇ ਅਣਜਾਣੇਚ ਸਰਹੱਦ ਪਾਰ ਕਰਨ ਵਾਲੇ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਮੁਨਕਿ ਜ਼ਿੰਮੇਦਾਰਤੀ ਪਾਕਿਸਤਾਨੀ ਡੇਂਜਰਾਂ ਨੂੰ ਸੌਂਪ ਦਿੱਤਾ ਗਿਆ ਬੀਐਸਐਫ ਪੰਜਾਬ ਫਰੰਟੀਅਰ ਦੇ ਇੱਕ ਬੁਲਾਰੀ ਨੇ ਦੱਸੇ ਕਿ ਅਣਜਾਣੇ ਚ ਸਰਹੱਦ ਪਾਰ ਕਰਨ ਵਾਲਿਆਂ ਨਾਲ ਜੁਟਦੇ ਹੋਏ ਬੀਐਸਐਫ ਹਮੇਸ਼ਾ ਮਨੁੱਖੀ ਪਹੁੰਚ ਅਪਣਾਉਂਦੀ ਹੈ ਮਾਲ ਮੰਤਰੀ ਬ੍ਰਹਮਸ਼ੰਕਰ ਜੰਪਾ ਨੇ ਕਿਹਾ ਕਿ ਸੂਬੇ ਵਿੱਚ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਅਤੇ ਬਿਹਤਰ ਬਣਾ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਕਪੂਰਥਲਾ ਰੋਡ ਤੇ ਪੈਂਦੇ ਸਟੇਟ ਪਟਵਾਰ ਸਕੂਲ ਲਈ 3 ਕਰੋੜ 68 ਲੱਖ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਕੀਤੇ ਜਾਣ ਵਾਲੇ ਨਵੀਨੀਕਰਨ ਸਦਗਮ ਮਾਲ ਅਧਿਕਾਰੀਆਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਨੂੰ ਹੋਰ ਸੁਚਾਰੂ ਬਣਾਇਆ ਜਾਪਿਕਾ ਇਸ ਮੌਕੇ ਮਾਲ ਮੰਤਰੀ ਨੇ ਮਾਰਤਵਿਜ ਸੋਲਰ ਊਰਜਾ ਪਲਾਂਟ ਦਾ ਵੀ ਉਦਘਾਟਨ ਕੀਤਾ ਉਨ੍ਹਾਂ ਦੱਸਿਆ ਕਿ ਸੋਲਰ ਊਰਜਾ ਪਲਾਂਟ ਹਰ ਸਾਲ ਤਕਰੀਬਨ 90000 ਯੂਨਿਟ ਬਿਜਲੀ ਪੈਦਾ ਕਰੇਗਾ ਜਿਸ ਸਦਕਾ ਇਹ ਇਮਾਰਤ ਊਰਜਾ ਦੀ ਲੋੜ ਦੇ ਮਾਮਲੇ 'ਚ ਕਾਫੀ ਹੱਦ ਤੱਕ ਆਤਮ ਨਿਰਭਰ ਹੋ ਜਾਵੇਗੀ। ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ 33 ਕਿਸਾਨ ਜਥੇਬੰਦੀਆਂ ਵੱਲੋਂ ਉੰਗੀਆਂ ਤੇ ਮੱਕੀ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਨ ਸਮੇਤ ਹੋਰਨਾ ਮੰਗਨ ਨੂੰ ਲੈ ਕੇ ਮੋਹਾਲੀ ਜਰੂਸ ਮਾਰਚ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪ ਲਈ ਉਹਨਾਂ ਦੀ ਰਿਹਾਈਸ਼ ਬਲ ਮਾਰਚ ਕੀਤਾ ਮੋਹਾਲੀ ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ ਆਗੂ ਨੇ ਕਿਹਾ ਕਿ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2090 ਰੁਪਏ ਪ੍ਰਤੀ ਕੁੰਟਲ ਹੈ ਪਰ ਕਿਸਾਨਾਂ ਨੂੰ ਤੋ तकरीबन 1000 ਰੁਪਏ ਪ੍ਰਤੀ ਕੁੰਟਲ ਦੇ हिसाब ਨਾਲ ਹੀ ਇਹ ਖਰੀਦ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਮੂੰਗੀ ਦਾ ਐਮਐਸਪੀ 8558 ਰੁਪਏ ਪ੍ਰਤੀ ਕੁੰਟਲ ਵਿੱਚ ਜੇ ਜਿਤਕੀ ਮੰਡੀਆਂ ਚ ਵਪਾਰੀ ਮੂੰਗੀ ਨੂੰ 6700 ਜਾਂ 6800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਰਹੇ ਨੇ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੀਅਲ اسٹیਟ ਡਿਵੈਲਪਰ ਸੁਪਰਟੈਕ ਦੇ ਚੇਅਰਪਰਸਨ ਆਰਕੇ ਅਰੋੜਾ ਨੂੰ ਉਹਨਾਂ ਦੇ ਦਿੱਲੀ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਹੈ ਕੇਂਦਰੀ ਏਜੰਸੀ ਵੱਲੋਂ ਪਿਛਲੇ 3 ਦਿਨਾਂ ਤੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ منی ਲਾਂਡਰਿੰਗ ਦੇ ਮਾਮਲੇ 'ਚ ਹੋਈ ਹੈ ਉਹਨਾਂ ਖਿਲਾਫ ਦਰਜ ਐਫ ਆਈ ਆਰ ਵਿੱਚ ਦੋਸ਼ ਲਗਾਇਆ ਕਿ ਉਹ ਕੀ ਫਲੈਟਾਂ ਦੇ ਖਰੀਦਦਾਰਾਂ ਨੂੰ ਸੌਂਪਣ ਵਿੱਚ ਅਸਫਲ ਰਹੇ ਜਾਂਚ ਤੋਂ ਪਤਾ ਚੱਲਿਆ ਕਿ ਸੁਪਰਟੈਕ ਗਰੁੱਪ ਆਫ ਕੰਪਨੀਆਂ ਨੇ ਖਰੀਦਦਾਰਾਂ ਤੋਂ ਪੈਸੇ ਲਏ ਤੇ ਫਲੈਟ ਬਣਾਉਣ ਲਈ ਬੈਂਕਾਂ ਤੋਂ ਕਰਜ਼ਾ ਵੀ ਲਿਆ ਪਰ ਫੰਡਾਂ ਦਾ ਕਥਿਤ ਤੌਰ ਤੇ ਗਵਨ ਕੀਤਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਨਵੀਂ ਦਿੱਲੀ ਸ਼੍ਰੀ ਅਮਰਨਾਥ ਯਾਤਰਾ ਤੇ ਜਨਵਲੇਸ਼ਰਦਾਲੂਆਲੀ ਸਿਹਤ ਸੇਵਾਮਾਂ ਅਤੇ ਲੁੜਿੰਦੀਆਂ ਮਿਆਰੀ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਮੀਟਿੰਗ ਦੌਰਾਨ ਡਾਕਟਰ ਮਾਂਡਵਿਆ ਨੂੰ بیس ਕੈਂਪ ਅਤੇ ਯਾਤਰਾ ਦੇ ਰਸਤੇ ਤੇ ਉਪਲਬਧ ਕਰਾਈਆਂ ਜਾ ਰੀਆਂ ਸਿਹਤ ਸਹੂਲਤਾਂ ਅਤੇ ਡਾਕਟਰੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ ਡਾਕਟਰ ਮਾਂਡਵਿਆ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਹਿਯੋਗ ਕਰਨ। ਬੁਦੇਰੀ ਉਚਾਈ ਵਾਲਾ ਖੇਤਰ ਹੋਣ ਕਾਰਨ ਅਮਰਨਾਥ ਯਾਤਰਾ ਚੁਣੌਤੀਆਂ ਭਰੀ ਹੁੰਦੀ ਹੈ। ਕੇਂਦਰੀ ਸਿਹਤ ਮੰਤਰਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਪ੍ਰਸ਼ਾਸਨ ਨੂੰ ਲੋੜੀਂਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਹਾਇਤਾ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਬਾਲਟਾਲ ਅਤੇ ਚੰਦਨਬਾੜੀ ਵਿਖੇ 100 ਬਿਸਤਰਿਆਂ ਵਾਲੇ ਦੋ ਹਸਪਤਾਲ ਸਥਾਪਿਤ ਕਰਨ ਲਈ ਪੂਰੀ مالی ਸਹਾਇਤਾ ਤੇ ਸਮਰਥਨ ਦਿੱਤਾ ਹੈ। ਇਹ ਵੀ ਹਸਪਤਾਲ ਸ਼ੁਰੂ ਹੋ ਗਏ ਨੇ ਇਹਨਾਂ ਹਸਪਤਾਲਾਂ ਚ ਯਾਤਰਾ ਲਈ ਤਨਾਦ ਕਰਮਚਾਰੀਆਂ ਦੀ ਰਿਹائش ਦੀ ਵੀ ਸਹੂਲਤ ਹੈ ਹਸਪਤਾਲ 24 ਘੰਟੇ ਸੇ ਸੇਵਾਵਾਂ ਪ੍ਰਦਾਨ ਕਰਨਗੇ ਇਸ ਵਿੱਚ ਲੈਬਾਰਟਰੀ ਰੇਡੀਓ ਡਾਇਗਨੋਸਿਸ ਗਾਇਨੀ ਆਈਸੀਯੂ ਹਾਈਪਰਬੈਕਿਕ ਆਕਸੀਜਨ ਚੈਂਬਰਸ ਸਮੇਤ ਜਾਂਚ ਅਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਨੇ ਬਰਲਿਨ ਵਿੱਚ ਮੁਕੰਮਲ ਹੋਈਆਂ ਸਪੈਸ਼ਲ 올림픽 ਕੁਮਾਂਤਰੀ ਖੇਡਾਂ 'ਚ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਪਗਤਪੂਰਨ ਸਿੰਘ ਸਕੂਲ ਦੇ ਤਿੰਨ ਬੱਚਿਆਂ ਨੇ ਰੋਲਰ ਸਕੇਟਿੰਗ ਖੇਡ ਵਿੱਚ ਚਾਰ ਮੈਡਲ ਜਿੱਤੇ ਨੇ ਪਿੰਗਲਬੜੀ ਦੇ ਮੁਖ ਸੇਵਾਦਾਰ ਡਾਕਟਰ 인ਦਰਜੀਤ ਕੋਰਨੇਸ ਬੜੀ ਜਾਣਕਾਰੀ ਦਿੰਦੇ ਆ ਦੱਸਿਆ ਕਿ ਮੁਹੰਮਦ ਨਸਰ ਨੇ ਇਸ ਦੌਰਾਨ ਸੋਨ ਤਮਗਾ ਰੈਨੂ ਨੇ ਦੋ ਅਤੇ ਸੀਤਾ ਨੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਉਹਨਾਂ ਦੱਸਿਆ ਕਿ ਪੰਜਾਬ ਵਿੱਚੋਂ 8 ਖਿਡਾਰੀਆਂ ਨੇ ਤਿੰਨ ਸੋਨੇ ਦੇ ਇੱਕ ਚਾਂਦੀ ਦਾ ਤੇ ਚਾਰ ਕਾਂਸੀ ਦੇ ਤਮਗੀਆਂ ਸਮੇਤ ਕੁੱਲ 8 ਮੈਡਲ ਜਿੱਤੇ ਨੇ ਜਿਨ੍ਹਾਂ 'ਚੋਂ ਚਾਰ ਮੈਡਲ ਭਗਤਪੂਰਨ ਸਿੰਘ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਇਹ ਦੱਸਿਆ ਕਿ ਪੰਜਾਬ ਦੀ ਪੂਰੀ ਸਪੈਸ਼ਲ 올림픽 ਟੀਮ ਦਾ ਅੱਜ ਲੁਧਿਆਣਾ ਪਹੁੰਚਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਭਗਤਪੂਰਨ ਸਿੰਘ ਸਕੂਲ ਦੇ ਵਿਦਿਆਰਥੀਆਂ ਦੇ ਸਨਮਾਨ ਲਈ ਬਲਕਿ ਅੰਮ੍ਰਿਤਸਰ ਚ ਪਿੰਗਲਵਾੜਾ ਮਾਨਾਵਲੀ ਬ੍ਰਾਂਚ ਤੋਂ ਇੱਕ ਜਿੱਤ ਜਲੂਸ ਕੱਢਿਆ ਜਾਵੇਗਾ ਜਿਹੜਾ ਗੋਲਡਨ ਗੇਟ ਪੰਡਾਰੀ ਪੁਲ ਕ੍ਰਿਸਟਲ ਚੌਂਕ ਹੁਸੈਨਪੁਰ ਚੌਕ ਤੋਂ ਹੁੰਦਾ ਹੋਇਆ ਪਿੰਗਲਵਾੜਾ ਪੁੱਜ ਕੇ ਮੁਕੰਮਲ ਹੋਵੇਗਾ ਜਿੱਥੇ ਨਾਖਿਦਾਰੀਆਂ ਦਾ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਸਵਾਗਤ ਅਤੇ ਸਨਮਾਨ ਕੀਤਾ ਜਾਪੇਗਾ ਅਰ ਬੜੀ ਖੁਸ਼ੀ ਦੀ ਗੱਲ ਹੈ ਕਿ ਤਿੰਨੇ ਹੀ ਬੱਚੇ ਜਿਹੜੇ ਨੇ ਮੈਡਲ ਲੈ ਕੇ ਆਏ ਨੇ ਇੱਕ ਬੱਚਾ ਨਿਸਾਰ ਹੈ ਮੁਹੰਮਦ ਨਿਸਾਰ ਹੈ ਉਹ 골ਡ ਲੈ ਕੇ ਆਇਆ ਇੱਕ ਬੱਚੀ ਰੇਰੂ ਹੈ ਉਹ ਡੈੱਫ ਵੀ ਹੈ ਤੇ ਸਪੈਸ਼ਲ ਵੀ ਹੈ ਉਹ ਦੋ ਬ੍ਰੌਂਜ਼ ਲੈ ਕੇ ਆਈ ਹੈ ਇੱਕ ਬੱਚੀ ਸੀਤ ਹੈ ਉਹ ਇੱਕ ਬ੍ਰੌਂਜ਼ ਲੈ ਕੇ ਆਈ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਅਰੰਗਯੂ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ ਛੋਣੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ फास्टैग ਦੀ ਵਰਤੋਂ ਨਾਲ ਫਜ਼ੂਲ ਇੰਦਨ ਦੇ ਖਰਚੇ 'ਚ 70000 ਕਰੋੜ ਰੁਪਏ ਦੀ ਬਚਤ ਹੋਈ ਨਿਤਨ ਗੜਗਰੀ ਅਨੁਸਾਰ ਸਰਕਾਰ ਦਾ 2030 ਤੱਕ ਟੂਲ ਪਾਲੀਆ ਵਧਾ ਕੇ 1 ਲੱਖ 30000 ਕਰੋੜ ਰੁਪਏ ਕਰਨ ਦਾ ਟੀਚਾ ਬੀਐਸਐਫ ਦੇ ਮਹਾਨ ਅਧਿਸ਼ਕ ਨਿਤਨ ਅਗਰਵਾਲ ਨੇ ਪੰਜਾਬ ਦੇ ਸਰਹਦੀ ਖੇਤਰ ਦੇ ਕਿਸਾਨਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਬਰਲਿਨ ਵਿੱਚ ਮੁਕੰਮਲ ਹੋਈਆਂ ਸਪੈਸ਼ਲ 올림픽 ਕੁਮਾਂਦਰੀ ਖੇਡਾਂ ਚੰਬੇ ਸਰ ਦੇ ਪਗਤਪੂਰਨ ਸਿੰਘ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਰੋਲਰ ਸਕੇਟਿੰਗ 'ਚ ਚਾਰ ਮੈਡਲ ਜਿੱਤੇ ਤੇ ਇਸ ਦਿਨ ਲਈ ਖਬਰਾਂ ਦਾ ਬਲੂਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ